ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਪੰਨਾ ਸ਼ਸ਼ੀਰ ਢੀਂਗੜਾ। ਆਪਣੇ ਆਪਣੇ ਘਰਾਂ ਵਿੱਚ ਰਹੋ। ਕਰੋਨਾ ਬਿਮਾਰੀ ਜਿਹੜੀ ਆ ਘਰ ਘਰ ਦੇ ਵਿੱਚ ਪੈਰ ਫੁਲਾਰ ਰਹੀ ਆ। ਅਸੀਂ ਤੁਹਾਨੂੰ ਪਲ ਪਲ ਦੀ ਖਬਰ ਦਿੰਦੇ ਰਹਿੰਦੇ ਹਾਂ। ਔਰ ਇਸ ਵਕਤ ਦੀ ਜੋ ਖਬਰ ਹੈ ਪਾਲਗੜ ਮਹਾਰਾਸ਼ਟਰ ਵਿੱਚ ਅਤੇ ਹੁਸ਼ਿਆਰਪੁਰ ਦੇ ਵਿੱਚ ਜੋ ਸਾਧੂਆਂ ਦੇ ਹਮਲੇ ਹੋਏ ਆ ਉਹਦੀ ਸਾਡਾ ਚੈਨਲ ਵੀ ਨਿੰਦਾ ਕਰਦਾ ਆ ਅਤੇ ਨਿੰਦਾ ਹੋਰ ਵੀ ਬਹੁਤ ਸਾਰੇ ਲੀਡਰ ਕਰ ਰਹੇ ਨੇ। ਸਾਡੇ ਨਕੋਦਰ ਸ਼ਹਿਰ ਚੋਂ ਵੀ ਅਜੇ ਵਰਮਾ ਜੀ ਵੀ ਇਹਦੀ ਬਹੁਤ ਨਿੰਦਾ ਕਰ ਰਹੇ ਨੇ। ਆਓ ਜਾਣਦੇ ਹਾਂ ਕੀ ਕਹਿੰਦੇ ਨੇ ਅਜੇ ਵਰਮਾ ਜੀ, ਉਹਨਾਂ ਦੇ ਵਿਚਾਰ ਜਾਣਦੇ ਹਾਂ। ਕੈਮਰਾਮੈਨ ਸੁਮਿਤ ਢੀਂਗੜਾ ਦੇ ਨਾਲ ਸ਼ਸ਼ੀਲ ਢੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ। ਮੈਂ ਅਜੇ ਵਰਮਾ ਨਕੋਦਰ ਤੋਂ। ਜੋ ਥੋੜ੍ਹੇ ਦਿਨ ਪਹਿਲਾਂ ਪਾਲਗੜ ਦੇ ਵਿੱਚ ਸਾਧੂਆਂ ਦੇ ਉੱਤੇ ਹਮਲਾ ਹੋਇਆ, ਸਾਧੂਆਂ ਦੀ ਨਿਰਮਮ ਹੱਤਿਆ ਕੀਤੀ ਗਈ, ਇਹ ਬਹੁਤ ਹੀ ਸ਼ਰਮਨਾਕ ਘਟਨਾ ਆ ਕਿ ਜਿਹਦੇ ਵਿੱਚ ਉੱਥੇ ਦੀ ਸਰਕਾਰ ਜਿਹੜੀ ਆ ਉਹ ਬਹੁਤ ਹੀ ਇੱਕ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੀ ਆ ਕਿ ਜਿਹੜੇ ਉੱਥੇ ਦੇ ਜਿਹੜੇ ਜਿਨ੍ਹਾਂ ਨੇ ਸਾਧੂਆਂ ਦੀ ਸਾਡੇ ਹਿੰਦੂ ਧਰਮ ਦੇ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਦੀ ਹੱਤਿਆ ਕੀਤੀ ਆ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਅਤੇ ਉਹਦੇ ਨਾਲ ਹੀ ਕੱਲ੍ਹ ਫਿਰ ਹੁਸ਼ਿਆਰਪੁਰ ਦੇ ਵਿੱਚ ਇੱਕ ਆਸ਼ਰਮ ਦੇ ਵਿੱਚ ਰਾਤੀ ਇੱਕ ਸਾਧੂ ਮਹਾਤਮਾ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਹੋਇਆ। ਹਿੰਦੂ ਧਰਮ ਦੇ ਵਿੱਚ ਜਿਹੜੇ ਸਮਾਜ ਦੀ ਸੇਵਾ ਕਰਨ ਵਾਲੇ ਇਸ ਤਰ੍ਹਾਂ ਦੇ ਜਿਹੜੇ ਸਾਧੂ ਮਹਾਤਮਾ ਆ ਉਹਨਾਂ ਦੇ ਉੱਤੇ ਜਦੋਂ ਇਹ ਹਮਲੇ ਹੋਣ ਲੱਗ ਪੈਣ ਤਾਂ ਸਮਝੋ ਕਿ ਸਮਾਜ ਦੇ ਉੱਤੇ ਕੋਈ ਬਿਪਤਾ ਆਉਣ ਵਾਲੀ ਆ, ਦੇਸ਼ ਦੇ ਉੱਤੇ ਬਿਪਤਾ ਆਉਣ ਵਾਲੀ। ਇਹਦਾ ਇੱਕ ਸੰਕੇਤ ਤਾਂ ਤੁਹਾਡੇ ਸਾਹਮਣੇ ਆ ਚੁੱਕਾ ਆ ਕਿ ਐਡੀ ਵੱਡੀ ਬਿਪਤਾ ਜਿਹੜੀ ਉਹ ਦੁਨੀਆ ਦੇ ਉੱਤੇ ਆਈ ਹੋਈ ਆ, ਪਰ ਫਿਰ ਵੀ ਜਿਹੜੇ ਕੁਛ ਇਸ ਤਰ੍ਹਾਂ ਦੇ ਜਿਹੜੇ ਲੋਕ ਆ, ਜਿਹੜੇ ਇਨਸਾਨ ਆ ਕਿ ਜਿਹੜੇ ਉਹ ਧਰਮਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਦੂਜੇ ਨੂੰ ਲੜਾਉਣ ਲਈ ਜਿਹੜੇ ਆ ਕਿ ਹਿੰਦੂ ਸਮਾਜ ਦੇ ਉੱਤੇ ਇੱਕ ਟਾਰਗੇਟ ਬਣਾ ਕੇ ਸਾਧੂਆਂ ਦੇ ਉੱਤੇ ਹਮਲਾ ਕਰ ਰਹੇ ਆ, ਹਿੰਦੂ ਸਮਾਜ ਕਦੇ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗਾ। ਮੈਂ ਆਪਣੇ ਵੱਲੋਂ ਅਤੇ ਸਮਾਜ ਵੱਲੋਂ ਇਹ ਧਰਮ ਗੁਰੂਆਂ ਨੂੰ, ਇਹ ਜਿਹੜੇ ਸਾਡੇ ਸੰਤ ਸਮਾਜ ਆ ਉਹਨਾਂ ਨੂੰ ਇੱਕ ਅਪੀਲ ਕਰਦਾ ਅਤੇ ਉਹਨਾਂ ਨੂੰ ਇੱਕ ਵਚਨ ਦਿੰਦਾ ਆ ਕਿ ਅਗਰ ਸਾਨੂੰ ਇਸ ਇਨਸਾਫ ਲੈਣ ਲਈ ਕੋਈ ਵੀ ਜੱਦੋਜਹਿਦ ਕਰਨੀ ਪਈ ਤਾਂ ਅਸੀਂ ਸੰਤ ਸਮਾਜ ਦੇ ਨਾਲ ਹਮੇਸ਼ਾ ਖੜ੍ਹੇ ਹਾਂ। ਤਾਂ ਸਾਡਾ ਜਿਹੜਾ ਚਾਹੇ ਉਹ ਕੋਈ ਵੀ ਧਰਮ ਹੋਵੇ, ਅਸੀਂ ਹਰ ਧਰਮ ਦੇ ਗੁਰੂਆਂ ਦੀ ਜਿਹੜੀ ਆ ਉਹਨਾਂ ਦੀ ਹਮੇਸ਼ਾ ਆਦਰ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ। ਪਰ ਕੁਝ ਸਿਆਸੀ ਪਾਰਟੀਆਂ ਜਿਹੜੀਆਂ ਉਹ ਇਸ ਟਾਈਮ ਵੀ ਜਿਹੜੀ ਮਾੜੀ ਆਪਦਾ ਦੀ ਘੜੀ ਦੇ ਵਿੱਚ ਕਿ ਦੇਸ਼ ਦੇ ਉੱਤੇ ਐਡੀ ਆਪਦਾ ਪਈ ਹੋਈ ਆ ਉਹ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੀਆਂ, ਉਹਨਾਂ ਦੇ ਵੱਲੋਂ ਇੱਕ ਵਾਰ ਵੀ ਪਾਲਗੜ ਦੇ ਵਿੱਚ ਹੋਏ ਸਾਧੂਆਂ ਦੀ ਹੱਤਿਆ ਦੇ ਉੱਤੇ ਇੱਕ ਵਾਰ ਵੀ ਨਿੰਦਾ ਨਹੀਂ ਕੀਤੀ ਗਈ। ਇਹ ਬੜੀ ਹੀ ਸ਼ਰਮਯੋਗ ਗੱਲ ਆ ਕਿ ਜਿਹੜੀ ਉਹ ਪਾਰਟੀਆਂ ਅੱਜ ਧਰਮਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਇੱਕ ਰਾਜਨੀਤੀ ਕਰ ਰਹੀਆਂ। ਸਾਡੀ ਉਹਨਾਂ ਨੂੰ ਚੇਤਾਵਨੀ ਆ ਕਿ ਸਭ ਤੋਂ ਪਹਿਲਾਂ ਦੇਸ਼ ਆ, ਸਾਰੇ ਧਰਮ ਇੱਕ ਆ, ਧਰਮਾਂ ਦੀ ਰਾਖੀ ਲਈ ਹਮੇਸ਼ਾ ਗੱਲ ਕਰੋ ਤਾਂ ਕਿ ਜਿਹੜੇ ਧਰਮ ਬਚੂਗਾ ਤਾਂ ਸਾਡਾ ਦੇਸ਼ ਬਚੂਗਾ। ਅਸੀਂ ਫਿਰ ਆਪਣੇ ਦੇਸ਼, ਆਪਣੇ ਵਿਦੇਸ਼ ਦੇ ਵਿੱਚ ਆਪਣੇ ਬੈਠੇ ਸਾਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅਨਸਰ ਆ ਜਿਹੜੇ ਸਾਡੇ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਤੋਂ ਗੁਰੇਜ਼ ਕਰੋ। ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਆ ਜਿਹੜੀਆਂ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਇਸ ਤਰ੍ਹਾਂ ਦੇ ਹਮਲਿਆਂ ਦੀ ਨਿੰਦਾ ਨਹੀਂ ਕਰ ਰਹੀਆਂ, ਉਹਨਾਂ ਨੂੰ ਸਮਰਥਨ ਕਰ ਰਹੀਆਂ, ਉਹਨਾਂ ਦਾ ਸਾਨੂੰ ਅੱਜ ਵਿਰੋਧ ਕਰਨ ਦੀ ਜ਼ਰੂਰਤ ਆ, ਉਹਨਾਂ ਨੂੰ ਸਾਨੂੰ ਦਿਖਾਉਣ ਦੀ ਲੋੜ ਆ। ਬਾਕੀ ਸਾਡਾ ਸਾਰਾ ਹਿੰਦੂ ਧਰਮ ਸਮਾਜ, ਬਾਕੀ ਸਾਰੇ ਸਮਾਜ ਇਸ ਟਾਈਮ ਸੰਤ ਮਹਾਤਮਾ ਦੇ ਨਾਲ ਆ, ਤਾਂ ਅਸੀਂ ਕੋਈ ਵੀ ਇਹਦੇ ਲਈ ਸਾਨੂੰ ਕੁਰਬਾਨੀ ਕਰਨ ਦੀ ਜ਼ਰੂਰਤ ਪਈ ਤਾਂ ਅਸੀਂ ਆਪਣੇ ਸੰਤ ਸਮਾਜ ਦੇ ਨਾਲ ਹਮੇਸ਼ਾ ਖੜ੍ਹੇ ਹਾਂ ਅਤੇ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੈਂ ਆਪਣੇ ਵੱਲੋਂ ਇੱਕ ਵਾਅਦਾ ਕਰਦਾ ਕਿ ਜਿੱਥੇ ਵੀ ਜ਼ਰੂਰਤ ਹੋਏਗੀ ਮੈਂ ਸਭ ਤੋਂ ਪਹਿਲਾਂ ਸਮਾਜ ਦੇ ਨਾਲ, ਸੰਤ ਸਮਾਜ ਦੇ ਨਾਲ ਖੜ੍ਹਾ ਹੋ ਕੇ ਉੱਥੇ ਸੰਤ ਸਮਾਜ ਦੇ ਹੱਕ ਦੇ ਵਿੱਚ ਅਪੀਲ ਕਰੂੰਗਾ ਅਤੇ ਉਹਨਾਂ ਦੇ ਨਾਲ ਆਪਣਾ ਇਹ ਮੁਹਿੰਮ ਦੇ ਵਿੱਚ ਉਹਨਾਂ ਨੂੰ ਕਿ ਜਿਹੜੇ ਨੇ ਇੱਦਾਂ ਦਾ ਘਿਨੌਣਾ ਕਾਰਿਆ ਕੀਤਾ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਭਾਰਤ ਮਾਤਾ ਕੀ ਜੈ।